ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰਵਨੀਤ ਕੌਰ, ਟੂਰਿਸਟਲ ਇੰਡੀਆ ਮੋਹਾਲੀ ਤੋਂ। ਜਿਵੇਂ ਕਿ ਤੁਸੀਂ ਪਹਿਲਾਂ ਵੀ ਸਾਡੇ ਵੀਜ਼ਾਜ਼ ਲੱਗੇ ਵੇਖਦੇ ਰਹਿੰਦੇ ਹੋ ਸੋਸ਼ਲ ਮੀਡੀਆ 'ਤੇ, ਅੱਜ ਫਿਰ ਸਾਨੂੰ ਇੱਕ ਨਵੀਂ ਖੁਸ਼ੀ ਹਾਸਿਲ ਹੋਈ ਹੈ। ਮੇਰੇ ਨਾਲ ਨੇ ਜੀ ਸੁਮੇਧਾ ਮੈਮ, ਜਿਹੜੇ ਕਿ ਜ਼ੀਰਕਪੁਰ ਤੋਂ ਬਿਲੋਂਗ ਕਰਦੇ ਨੇ। ਅੱਜ ਇਹਨਾਂ ਦਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਹੈ ਜੀ ਵਿਦਇਨ 15 ਡੇਜ਼। ਇਹਨਾਂ ਦਾ ਜਿਹੜਾ ਪ੍ਰੋਫਾਈਲ ਸੀਗਾ, ਇਹ ਇੱਕ ਸੈਲੂਨ ਚਲਾਉਂਦੇ ਸੀ, ਇਹਨਾਂ ਦਾ ਆਪਣਾ ਬਿਜ਼ਨਸ ਸੀਗਾ ਸੈਲੂਨ ਦੇ ਵਿੱਚ, ਇਹ ਓਨਰ ਨੇ ਸੈਲੂਨ ਦੇ। ਅਤੇ ਇਹਨਾਂ ਦਾ ਪਹਿਲਾਂ ਆਲਰੇਡੀ ਰਿਫਿਊਜ਼ ਹੋ ਚੁੱਕਿਆ ਸੀ ਕੈਨੇਡਾ ਤੋਂ। ਇਹਨਾਂ ਨੇ ਪਹਿਲਾਂ ਲਾਸਟ ਟਾਈਮ ਜਦੋਂ ਇਹਨਾਂ ਦੀ ਰਿਫਿਊਜ਼ਲ ਆਈ ਸੀ, ਆਪਣੀ ਫੈਮਿਲੀ ਦੇ ਨਾਲ ਅਪਲਾਈ ਕੀਤਾ ਸੀ, ਆਪਣੇ ਹਸਬੈਂਡ ਅਤੇ ਆਪਣੇ ਬੇਟੇ ਦੇ ਨਾਲ ਅਪਲਾਈ ਕੀਤਾ ਸੀ। ਜਿਹੜੇ ਏਜੰਟ ਤੋਂ ਇਹਨਾਂ ਨੇ ਅਪਲਾਈ ਕੀਤਾ ਸੀ, ਉਹਨਾਂ ਨੇ ਵਧੀਆ ਗਾਈਡੈਂਸ ਨਹੀਂ ਸੀ ਦਿੱਤੀ, ਬਿਕੋਜ਼ ਪੂਰੀ ਫੈਮਿਲੀ ਦਾ ਵੀਜ਼ਾ ਅਪਲਾਈ ਕਰਨ ਕਰਕੇ ਇੰਬੈਸੀ ਨੂੰ ਲੱਗਿਆ ਕਿ ਇਹਨਾਂ ਨੇ ਵਾਪਸ ਨਹੀਂ ਆਉਣਾ, ਅਤੇ ਇਹਨਾਂ ਦੇ ਡਾਊਟਸ ਕਾਫੀ ਸੀਗੇ ਜਦੋਂ ਇਹ ਸਾਡੇ ਕੋਲ ਫਸਟ ਟਾਈਮ ਆਏ ਸੀ ਕਿ ਮੇਰਾ ਵੀਜ਼ਾ ਲੱਗੂਗਾ ਜਾਂ ਨਹੀਂ ਲੱਗੂਗਾ। ਅਤੇ ਫਾਈਨਲੀ ਅੱਜ ਇਹਨਾਂ ਦਾ ਵੀਜ਼ਾ ਲੱਗ ਗਿਆ ਹੈ। ਅਤੇ ਆਓ ਹੁਣ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਕਿ ਇਹ ਸਾਡੀ ਸਰਵਿਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹਾਂ। ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਮੈਮ ਤੁਹਾਨੂੰ, ਕੀ ਕਹਿਣਾ ਚਾਹੁੰਦੇ ਹੋ? मैं सुमेधा चावला जीरकपुर से हूँ। जब हम फर्स्ट टाइम यहाँ आए थे तो हमारा जो वीज़ा था ना, वो रिजेक्ट हो गया हुआ था। हम डरे भी हुए थे कुछ, तो जब आके बेटे ने देखा, बेटे के साथ लगा रही हूँ मैं, लगा लिया मैंने वीज़ा, तो देखा कि भी इतने वीडियोज़ देख रखी थी, यहाँ काफ़ी अच्छे रिजल्ट्स मिल रहे थे, तो हम पूरे विश्वास से यहाँ आए थे। अब हमारा विश्वास सक्सेसफुल हुआ है, तो हमें ये वीज़ा मिल गया हुआ है। थैंक यू सो मच। ਤੁਸੀਂ ਦੇਖ ਸਕਦੇ ਹੋ ਕਿ ਮੈਮ ਸਾਡੀ ਸਰਵਿਸ ਨੂੰ ਲੈ ਕੇ ਬਹੁਤ ਜ਼ਿਆਦਾ ਐਕਸਾਈਟਡ ਨੇ, ਬਹੁਤ ਜ਼ਿਆਦਾ ਖੁਸ਼ ਨੇ, ਬਿਕੋਜ਼ ਫਾਈਨਲੀ ਇਹਨਾਂ ਨੂੰ ਵੀਜ਼ਾ ਮਿਲ ਗਿਆ। ਅਤੇ ਜੇਕਰ ਤੁਸੀਂ ਵੀ ਆਪਣਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਟੂਰਿਸਟਲ ਦੀ ਟੀਮ ਨੂੰ ਇੱਕ ਵਾਰੀ ਆ ਕੇ ਜ਼ਰੂਰ ਮਿਲੋ। ਥੈਂਕ ਯੂ।